बहुत ज्यादा महात्मा मिल रहे हैं, उन्होंने जाग लाए ये बस्तर जो संगत बैठी है, ये उन्होंने प्रताप है, उन्होंने आसरे इलाके तुरे फिरे ने, इन्हों भी वो आप जानते ने भी ये बाबा जी कह के हो जे सी असी तो हूं इतने बाबा जी कहते ने, मैं भी ना बाबा जी कह दिनी हूं। ਇਹ ਪ੍ਰਤਾਪ ਮਹਾਰਾਜ ਦੇ ਸੀ ਜੋ ਸੰਗਤ ਹੈ ਬੈਠੀ ਆਈ ਹੈ ਨਾਲ, ਇਹਨਾਂ ਨੂੰ ਕੱਲੇ ਕੱਲਿਆਂ ਨੂੰ ਪੁੱਛ ਕੇ ਦੇਖ ਲਓ ਜਿੱਥੇ ਨਹੀਂ ਦਰਸ਼ਨ ਮਹਾਰਾਜ ਜੀ ਦੇ ਹੋਏ, ਰਾਲੇ ਵਾਲਿਆਂ ਨੂੰ ਮੰਨਦੇ ਨੇ ਸੰਤ ਮਹਾਰਾਜ ਜੀ ਨੂੰ, ਵਰਸੀ ਆਵੇ ਹੋਰ ਦਿਨ ਆਉਣ ਸਭ ਉੱਥੇ ਸੰਗਤ ਪਹੁੰਚ ਰਹੀ ਹੈ। ਇਹ ਮਹਾਰਾਜ ਜੀ ਸਦਕ ਹੈ ਜੋ ਚਾਰ ਸਫੇਰੇ ਜੋ ਸਾਡੇ ਪੰਜਾਬ ਵਿੱਚ ਯੂਪੀ ਵਿੱਚ ਇੰਗਲੈਂਡ ਤੱਕ ਉਹ ਖੁਸ਼ਬੂ ਬਖਾਰ ਬਖੇਰ ਗਏ ਨੇ, ਜੋ ਇਹਨਾਂ ਨੇ ਗੱਲ ਕਰੀ ਹੈ ਵੀ ਇਹ ਭੂਤ ਕੱਢਣੇ ਸੰਤਾਂ ਦਾ ਕੰਮ ਨਹੀਂ ਹੈ, ਮੈਂ ਬੜੀ ਸਹਿਮਤ ਹਾਂ ਇਹਦੇ ਵਿੱਚ। ਸੰਤ ਬਣ ਜਾਂਦੇ ਨੇ ਕਰਨੀ ਧਰਨੀ ਕੋਈ ਨੀ, ਜੋ ਕਿ ਯਾਨੀ ਮੇਹਰ ਸਿੰਘ ਨੇ ਦੱਸਿਆ ਸੀ ਮਹਾਰਾਜ ਜੀ 9 ਸਾਲ ਮੰਜੇ ਤੇ ਉਹਨਾਂ ਨੇ ਆਪਣਾ ਪਿੱਠ ਲਾ ਕੇ ਨਹੀਂ ਸੀ ਦੇਖੀ, ਪੰਜ ਰੋਜ਼ ਵਿਸਦਾ ਸੀ ਉਹਨਾਂ ਦਾ, ਕਹਿੰਦੇ ਸੀ ਰੋਜ ਨਵਾਂ ਬਿਸਤਰਾ ਬਿਸਦਾ ਸੀ, ਪਰ 9 ਸਾਲ ਮੰਜੇ ਤੇ ਪੈ ਕੇ ਨਹੀਂ ਸੀ ਦੇਖਿਆ ਉਹਨਾਂ ਨੇ, ਤਪੱਸਿਆ ਵਿੱਚ ਬੈਠੇ ਰਹੇ। ਮਹਾਰਾਜ ਜੀ ਕਿ ਗਰੀਬ ਨੂੰ ਆਪਣਾ ਬਣਾ ਲੈਂਦੇ ਸੀ, ਨਿੱਕੇ ਜੇ ਤੁੱਛ ਅਸੀਂ ਜੀਵ ਸੀ, ਗਰੀਬ ਸੀ ਬਿਲਕੁਲ, ਮਨੋ ਵੀ ਧਨੋ ਵੀ ਕੁਛ ਵੀ ਨਹੀਂ ਸੀ ਕੋਲ ਸਾਡੇ। ਮਹਾਰਾਜ ਜੀ ਕੋ ਜਾ ਕੇ ਅਰਦਾਸ ਕਰਦੇ ਸੀ, ਮਹਾਰਾਜ ਜੀ ਜਰੂਰ ਉੱਥੇ ਆਇਓ ਜਿੱਥੇ ਬਾਬਾ ਜੀ ਨੇ ਅਰਦਾਸ ਕਰਨੀ, ਜਾ ਕੇ ਜਿਹਦੇ ਮਹਾਰਾਜ ਜੀ ਨੇ ਕਹਿਣਾ ਹਾਂ ਜਰੂਰ ਆਵਾਂਗੇ, ਜਵਾਬ ਨਹੀਂ ਸੀ ਦਿੱਤਾ। ਕੁਆਟਰਾਂ ਚ ਬੈਠਿਆਂ ਨੂੰ, ਕੁਆਟਰਾਂ ਚ 2-2 ਕਮਰੇ ਸਾਡੇ ਪਾਸ, ਮਹਾਰਾਜ ਜੀ ਨੇ ਹਾਰਨ ਵਜਾ ਦੇਣਾ, ਉਹ ਕਿਹੜੀਆਂ ਘੜੀਆਂ ਸਨ, ਉਹ ਕਿਹੜਾ ਟਾਈਮ ਸੀ ਜਿਸ ਟਾਈਮ ਜੀ ਆ ਕੇ ਮਹਾਰਾਜ ਜੀ ਨੇ ਸਾਡੀਆਂ ਝੌਂਪੜੀਆਂ ਵਿੱਚ ਹਾਰਨ ਵਜਾਇਆ। ਉਸੇ ਪਿਆਰ ਨੇ, ਉਸੇ ਸੱਚੀ ਸੁੱਚੀ ਆਤਮਾ ਨੇ ਇਸ ਰਸਤੇ ਸਾਨੂੰ ਤੋਰਿਆ। ਮੈਂ ਤਾਂ ਅੱਜ ਕਹਿੰਦੀ ਸੀ ਜਦ ਮਹਾਰਾਜ ਜੀ ਨੂੰ ਲੈ ਕੇ ਆ ਰਹੇ ਸੀ, ਮੈਂ ਸਦਕਾ ਮਹਾਰਾਜ ਜੀ ਦਾ ਮੇਰਾ ਦਿਲ ਕਰਦਾ ਸੀ ਮੈਂ ਖੋਲ ਕੇ ਨੱਚ ਲਵਾਂ, ਇੱਥੇ ਗਿੱਧਾ ਪਾ ਲਵਾਂ, ਉੱਚੀ ਉੱਚੀ ਰੌਲਾ ਪਾ ਲਵਾਂ, ਸਾਊਦ ਪੜ੍ਹ ਲਵਾਂ, ਗਾ ਲਵਾਂ, ਆਪਣੇ ਆਪ ਤੋਂ ਮੈਂ ਬਾਹਰ ਹੋ ਗਈ ਸੀ, ਆਪਣੇ ਆਪ ਤੋਂ ਬਾਹਰ ਹੋਈ, ਮੈਂ ਚੁੱਪ ਕਰਕੇ ਉੱਧਰ ਨੂੰ ਚਲੀ ਗਈ। ਬਹੁਤ ਅੰਦਰੋਂ ਛਾਲੇ ਉੱਠੇ, ਮਹਾਰਾਜ ਜੀ ਨੇ ਮੇਰੇ ਮੂਹਰੇ ਮੁੜ ਮੁੜ ਆਉਂਦੇ ਸੀ, ਮੇਰੇ ਸਾਹਮਣੇ ਦਿਸਦੇ ਸੀ ਮੈਨੂੰ, ਕਿੱਡਾ ਸਦਕਾ ਤੁਹਾਡਾ। ਹਾਂ ਅੱਜ ਦੇ ਸੰਤਾਂ ਨੂੰ ਇਹਨਾਂ ਨੇ ਜੋ ਆਖੀ ਆ ਗੱਲ, ਇਹ ਮੇਰੇ ਅੰਦਰ ਜ਼ਰੂਰ ਬੈਠ ਗਈ ਹੈ। ਭੂਤ ਕੱਢਣ ਦੇ ਬਗੈਰ ਹੋਰ ਕੋਈ ਗੱਲ ਹੈ ਨੀ, ਹੁਣ ਸੰਤ ਬਣਦੇ ਨੇ, ਬੱਚੇ ਉੱਡਦੇ ਨੇ ਛੋਟੇ ਛੋਟੇ, ਕਰਨੀ ਕੋਈ ਨੀ ਹੈ, ਤਪੱਸਿਆ ਕੋਈ ਨੀ ਹੈ, ਘਾਲਣਾ ਕੋਈ ਨੀ ਹੈ, ਗ੍ਰੰਥੀ ਲੱਗ ਜਾਂਦੇ ਨੇ, ਪਾਠੀ ਲੱਗ ਜਾਂਦੇ ਨੇ, ਚੋਲੇ ਪਾ ਲਏ ਜੀ, ਹੁਣ ਨਵਾਂ ਫੈਸ਼ਨ ਤੁਰਿਆ, ਰੁਮਾਲ ਬੰਨ ਲਿਆ ਜੀ, ਸ਼ਕੀਨੀ ਲਾ ਲਈ ਜੀ, ਕੋਈ ਬੰਦਗੀ ਦਾ ਪਤਾ ਨੀ ਹੈ, ਗੁਰੂ ਸਾਹਿਬ ਦੀ ਬਾਣੀ ਦਾ ਕੋਈ ਪਤਾ ਨੀ, ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਕੀ ਕਹਿੰਦੀ ਆ, ਵੇਖ ਦਿਖਾਏ ਜਗਤ ਕੋ ਲੋਕਾਂ ਕੋ ਵਸ ਗਏ, ਅੰਦਰੋਂ ਬਾਹਰੋਂ, ਅੰਦਰੋਂ ਕੁਛ ਬਾਹਰੋਂ ਕੁਛ, ਇਹ ਹਾਲਤ ਸਾਡੀ ਹੋ ਰਹੀ ਹੈ। ਵੀਰ ਜੀ ਗੱਲ ਤਾਂ ਕਰਦੇ ਸਨ, ਪਰ ਕੱਲ ਨੂੰ ਦਿਨੇ ਦੀਵਾਨ ਭਾਰੀ ਮੇਰੇ ਖਿਆਲ ਵਿੱਚ ਲੱਗੇਗਾ, ਪੂਰੀ ਖੋਲ ਕੇ ਇਹ ਵਿਸਥਾਰ ਨਾਲ ਸੁਣਾਉਣ, ਮੇਰੇ ਮਨ ਵਿੱਚ ਵੀ ਆ ਜਾਂਦੀ ਹੈ ਮੈਂ ਇਹੋ ਜਿਹੀ ਹਾਂ, ਮੈਂ ਟੋਕ ਵੀ ਦਿੰਦੀ ਹਾਂ ਬੇਟਾ ਕੁਛ ਬਣਤਾ ਜਾ, ਪਰ ਹੁਣ ਸਮਾਂ ਹੀ ਹੋਰ ਆ ਗਿਆ, ਜੋ ਸਾਡਾ 50 ਸਾਲ ਜਾਂ 40 ਸਾਲ ਪਹਿਲਾਂ ਸਮਾਂ ਸੀ ਉਹ ਤਾਂ ਚਲਿਆ ਗਿਆ, ਜਦ ਉਹ ਯਾਦ ਆ ਜਾਂਦਾ ਤਾਂ ਚੁੱਪ ਕਰ ਜਾਈਦਾ ਵੀ ਉਹ ਟਾਈਮ ਨਿਕਲ ਗਿਆ, ਹੱਥ ਨੀ ਲੱਗਣਾ। ਉਸ ਟਾਈਮ ਨੂੰ ਵਾਰ ਵਾਰ ਅਸੀਂ ਕਹਿੰਦੇ ਵੀ ਕਿਸ ਤਰ੍ਹਾਂ ਆ ਜਾਵੇ, ਨਹੀਂ ਆਉਂਦਾ, ਹੁਣ ਤਾਂ ਕਿਤੇ ਹੋਰੇ ਪਾਸੇ ਦੁਨੀਆਂ ਜਾ ਰਹੀ ਹੈ। ਇਸ ਚੈਚਲ ਤਾਈ ਨੇ, ਇਸ ਭੇਖਵੇ ਨੇ ਗਿਆਨ ਧਿਆਨ ਸਾਨੂੰ ਬਾਹਰੋਂ ਹੈ, ਅੰਦਰ ਸਾਡੇ ਕੁਛ ਨਹੀਂ ਹੈ, ਤੇ ਬੱਚੇ ਨੂੰ ਸਮਝਾਓ ਬਿਲਕੁਲ ਨੀ ਸਮਝਦਾ, ਵੱਡੇ ਨੂੰ ਅਸੀਂ ਕਹਿੰਦੇ ਹਾਂ ਠੀਕ ਹੈ, ਵੱਡੇ ਦੀ ਵੀ ਗਿਰਤੀ ਹੈ ਨਹੀਂ, ਧੌਲੀਆਂ ਦਾੜੀਆਂ ਵਾਲੇ ਸੰਤ ਮੈਂ ਦੇਖੇ ਨੇ, ਨਾਮ ਜਪਦੇ ਨੇ, ਸਿਵਰ ਨੇ ਹੱਥਾਂ ਵਿੱਚ ਫੜੇ ਹੋਏ ਨੇ, ਮਾਲਾ ਫੜੀਆਂ ਹੋਈਆਂ ਨੇ, ਪਰ ਅੰਦਰ ਕੁਛ ਨੀ, ਗੁਰੂ ਦੀ ਬਾਣੀ ਨੂੰ ਨੀ ਅਸੀਂ ਮੰਨਣਾ, ਆਪਣੇ ਖਿਆਲ ਆਪਣੇ ਖਿਆਲਾਂ ਦੇ ਨਾਲ ਚੱਲਣਾ।
ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਅਸੀਂ ਛੱਡ ਗਏ ਤਾਂ ਹੀ ਸਾਡਾ ਇਹ ਹਾਲ ਹੋਇਆ। ਇਸ ਬਾਣੀ ਇਸ ਇਲਾਕੇ ਵਿੱਚ ਆ ਕੇ ਬਾਬਾ ਜੀ ਨੇ ਚੱਪੇ ਚੱਪੇ ਦੇ ਜਿਸ ਪਿੰਡ ਨਹੀਂ ਗਏ ਉਸ ਪਿੰਡ ਦੀ ਸੰਗਤ ਬਣੀ ਹੈ ਨੀ, ਗਿੜ ਗਿੜ ਦੇ ਪਿੰਡ ਸੀ ਗਿੜ ਗਿੜ ਦੇ ਫਿਰੇ ਨੇ, ਉੱਥੇ ਜਾ ਜਾ ਕੇ ਜਗਾਏ ਨੇ ਆਪਣੀ ਚੀਜ਼ ਲੈ ਕੇ ਆਪਣੀਆਂ ਕਾਰਾਂ ਲੈ ਕੇ ਆਪਣੇ ਬੱਚਿਆਂ ਨੂੰ ਨਾਲ ਕਰਾਇਆ ਤੇ ਕਿਸੇ ਨੂੰ ਢੋਲਕੀ ਵਾਲੇ ਨੂੰ ਲੈਣਾ ਕਿਸੇ ਨੂੰ ਕਿਵੇਂ ਲੈਣਾ, ਬੱਚਿਆਂ ਨੂੰ ਤਨਖਾਹਾਂ ਤੇ ਰੱਖ ਕੇ ਪਿੰਡ ਪਿੰਡ ਫਿਰੇ ਨੇ, ਤਿੰਨ ਤਿੰਨ ਦੀਵਾਨ ਲਾਉਣੇ ਤਿੰਨ ਤਿੰਨ ਘੰਟਿਆਂ ਦੇ ਕੋਈ ਖੇਡ ਨਹੀਂ ਹੈ। ਪਰ ਇੰਨੀ ਪ੍ਰੇਮ ਵਾਲਾ ਇਲਾਕਾ ਅਸੀਂ ਨੀ ਕੋਈ ਦੇਖਿਆ ਹੈ, ਮੇਲੇ ਤਾਂ ਸਾਡੇ ਇਲਾਕਿਆਂ ਚ ਵੀ ਬਹੁਤ ਲੱਗਦੇ ਨੇ ਪਰ ਚੈਂਚਲਦਾਰੀ ਬੜੀ ਹੈ ਸਾਡੇ। ਇਹ ਰੋਪੜ ਜ਼ਿਲ੍ਹਾ ਐਸਾ ਹੈ ਜੇ ਸਮਝ ਜਾਂਦਾ ਤਾਂ ਸਮਝਿਆ ਜਾਂਦਾ ਕਿੰਨੇ ਗਰੀਬ ਮਨੋ ਤਨੋ, ਕਿੰਨੇ ਗਰੀਬ ਮਨ ਦੇ ਵੀ ਗਰੀਬ, ਉਂਝ ਵੀ ਪਾਣੀ ਨਾ ਹੋਣ ਕਰਕੇ ਘਰ ਦਾ ਇਲਾਕਾ ਕਿਹਾ ਜਾਂਦਾ ਹੈ, ਥੋੜੀਆਂ ਫਸਲਾਂ ਹੁੰਦੀਆਂ ਨੇ, ਵਾਹਿਗੁਰੂ ਦਾ ਸਿਰ ਤੇ ਰਹਿੰਦੇ ਨੇ। ਕਿੱਦਾਂ ਦਿਲ ਇਹਨਾਂ ਦਾ, ਵੱਡੇ ਵੱਡੇ ਅਮੀਰ ਨਹੀਂ ਕਰ ਸਕਦੇ, ਵੱਡੇ ਪੈਸਿਆਂ ਵਾਲੇ ਨਹੀਂ ਕਰ ਸਕਦੇ, ਜੋ ਕਾਲਣਾ ਇਹਨਾਂ ਨੇ ਕੀਤੀ ਹੈ ਜ਼ਮੀਨ ਦਾਨ ਕਰ ਦੇਣੀ, ਗਰੀਬ ਆਦਮੀ ਦੀ ਥੋੜੀ ਜਿਹੀ ਖੇਡ ਨਹੀਂ ਹੈ, ਵੱਡੀ ਗੱਲ ਕੀਤੀ ਆ, ਕਿੱਡਾ ਵੱਡਾ ਦਾਨ ਫੈਲ ਰਿਹਾ ਉਹਨਾਂ ਦਾ। ਬਾਬਾ ਜੀ ਕਹਿੰਦੇ ਨਹੀਂ ਇਹ ਗੱਲ ਕਹੀਦੀ ਹੁੰਦੀ, ਕਿਸੇ ਨੂੰ ਵੱਡੇ ਨੀ ਬਣਾਈਦਾ, ਵਾਹਿਗੁਰੂ ਜਾਣਦਾ ਤੈਨੂੰ ਬੋਲਿਆ ਸਭ ਕੁਝ ਜਾਣਦਾ, ਪਰ ਕਹੇ ਬਿਨਾਂ ਕਹਿ ਨੀ ਰਹਿ ਨੀ ਸਕੀਦਾ। ਬੜਾ ਪ੍ਰੇਮ ਮਨੀ ਮਾਜਰੀ ਸੰਗਤ ਨੂੰ, ਇੰਨਾ ਪ੍ਰੇਮ ਮੈਂ ਹੈਰਾਨ ਹੋ ਗਈ। ਮੰਜੀ ਸਾਹਿਬ ਬਣਾਉਣ ਲੱਗੇ ਤਾਂ ਮੰਜੀ ਸਾਹਿਬ ਨੇ ਬਹੁਤ ਵੱਡੀ ਬਣਾ ਦਿੱਤੀ, ਇੱਕ ਗੱਲ ਨੀ ਹੈ ਦੋਜੀ ਕਹਿੰਦੇ ਨਿਸ਼ਾਨ ਸਾਹਿਬ ਅਸੀਂ ਲਾਉਣਾ, ਅਸੀਂ ਕਿਹਾ ਭਾਈ ਛੋਟ ਜਿਹਾ ਨਿਸ਼ਾਨ ਸਾਹਿਬ ਲਾ ਦੋ, ਨਹੀਂ ਜੀ ਅਸੀਂ ਤਾਂ ਬਹੁਤ ਵੱਡਾ ਨਿਸ਼ਾਨ ਸਾਹਿਬ ਲਾਉਣਾ, ਸਾਡਾ ਚਾਹੇ 20,000 ਰੁਪਇਆ ਲੱਗ ਜਾਵੇ, ਵੱਡੀ ਤੇ ਵੱਡੀ ਗੱਲ ਕਰਦੇ ਨੇ। ਗਦੈਲੇ ਨਾਲ ਭਰਾ ਕੇ ਬੀਬੀਆਂ ਨੇ ਇੰਨੇ ਉਤਸ਼ਾਹ ਨਾਲ ਸੇਵਾ ਕਰੀ ਹੈ ਮਨੀ ਮਾਜਰੇ, ਗਦੈਲੇ ਨਾਲ ਭਰਾਏ ਨੇ ਉਹ ਕਹੇ ਮੇਰੀ ਰੂਹ ਪਾਓ, ਕਹੇ ਮੇਰਾ ਗੱਦਾ ਲਵੋ, ਮਹਾਰਾਜ ਨੂੰ ਰਜਾਈ ਬਣਾਈ, ਪਾਨਕੀਆਂ ਬਣਾਈਆਂ, ਰੁਮਾਲੇ ਨਵੇਂ ਤੇ ਨਵੇਂ ਲਿਆਂਦੇ ਆਪੋ ਆਪਣੇ, ਇੰਨਾ ਉਤਸ਼ਾਹ ਉਹਨਾਂ ਨੂੰ ਧਰਤੀ ਦੇ ਪੈਰ ਨਾ ਲੱਗੇ, ਇੱਕ ਦੂਜੇ ਨੂੰ ਪਿਆਰ ਕਰਨ ਆਪਸ ਵਿੱਚ, ਸਾਨੂੰ ਮਜਬੂਰੀ ਕਰੀ ਵੀ ਤੁਸੀਂ ਜ਼ਰੂਰ ਆਉਣਾ, ਵੀ ਜੀ ਤੁਸੀਂ ਵੀ ਜ਼ਰੂਰ ਆਉਣਾ, ਇਹਨਾਂ ਦੇ ਪਿਆਰ ਦੇ ਸਦਕੇ ਸਾਨੂੰ ਉੱਥੇ ਜਾਣਾ ਲੱਗਿਆ। ਇਹਨਾਂ ਨੇ ਨੀ ਦੇਖਿਆ ਵੀ ਬਾਰਿਸ਼ ਹੋ ਰਹੀ ਹੈ ਜਾਂ ਸਰਦੀ ਪੈ ਰਹੀ ਹੈ ਜਾਂ ਸਾਡੀਆਂ ਦਿਹਾੜੀਆਂ ਛੁੱਟ ਰਹੀ, ਸਭ ਕੀਰਤੀ ਸਿੰਘ ਨੇ, ਕੋਈ ਨੀ ਹੈ ਵੀ ਇਹ ਵੀ ਚੋਲੇ ਪਾਏ ਫਿਰਦੇ ਨੇ ਜਾਂ ਐਵੇਂ ਭਾਈ ਬਣੇ ਫਿਰਦੇ ਨੇ, ਬਿਲਕੁਲ ਨਹੀਂ ਹੈ, ਪ੍ਰੇਮ ਅੰਦਰ ਸਾਰੇ ਭਗਤ ਨੇ, ਇੱਥੇ ਦੀ ਸੰਗਤ ਨੇ, ਕਿਸੇ ਪਿੰਡ ਦੇ ਸੰਗਤ ਨੇ ਵੀ ਕੋਈ ਕਿਹਾ ਵੀ ਮੈਂ ਨਹੀਂ ਟਰੈਕਟਰ ਲੈ ਕੇ ਆਉਂਦਾ, ਦੂਰਾਂ ਦੂਰਾਂ ਦੇ ਟਰੈਕਟਰ ਆਏ ਨੇ, ਕੋਈ ਇਲਾਕਾ ਨਹੀਂ ਰਿਹਾ ਜਿੱਥੋਂ ਨਹੀਂ ਟਰੈਕਟਰ ਆਇਆ, ਤੁਸੀਂ ਆਪਣੇ ਅੱਖੀ ਦੇਖ ਲਓ, ਟਿੱਬਿਆਂ ਨੂੰ ਵੱਡਾ ਇੱਕ ਪੱਧਰ ਕਰਕੇ ਰੱਖ ਦਿੱਤਾ ਤੇ ਬਾਗ ਲਾ ਦਿੱਤਾ, ਡਾਕਟਰ ਕਿੰਨੂ ਲਾ ਕੇ ਲਾ ਗਿਆ, ਕਈ ਬੂਟੇ ਲਾ ਗਿਆ ਫਲਾਂ ਦੇ ਆ ਕੇ, ਡਾਕਟਰ ਸਰਸੇ ਵੱਲ ਰਹਿੰਦੇ ਸੀ ਆ ਕੇ ਇੱਥੇ ਬੱਚੇ ਡਾਕਟਰ ਆਇਆ ਹੋ ਲੱਗਿਆ ਹੋਇਆ, ਉੱਧਰ ਆ ਕੇ ਇੱਥੇ ਬਾਗ ਲਾ ਕੇ ਵੀ ਚਲੇ ਗਏ, ਬੂਟੇ ਵੀ ਹੋ ਗਏ, ਸਫੈਦਿਆਂ ਵਾਲੇ ਸਫੈਦੇ ਲਾਏ, ਕਈ ਸਾਲ ਸਫੈਦਾ ਲਾ ਕੇ ਆ ਗਏ ਬੱਚੇ, ਕੋਈ ਪਤਾ ਨੀ ਹੈ ਕੀ ਕੰਮ ਹੋ ਰਿਹਾ ਹੈ, ਵਾਹਿਗੁਰੂ ਜਾਣਦਾ। ਜੋ ਇਸ ਧਰਤੀ ਤੇ ਕੋਈ ਸ਼ਕਤੀ ਹੈ ਵਰਤ ਰਹੀ ਹੈ, ਸਿਆਣੇ ਬਜ਼ੁਰਗਾਂ ਨੇ ਦੱਸਿਆ ਬਾਬੇ ਨਥਨਪੁਰ ਵਾਲੇ ਆਏ ਸੀ, ਬਹੁਤ ਕਰਨੀ ਵਾਲੇ ਸੀ, ਬਰਮ ਗਿਆਨੀ ਸੀ ਬਾਬੇ ਨਥਨਪੁਰ ਵਾਲੇ, ਉਹਨਾਂ ਨੇ ਕਹਿੰਦੇ ਇੱਥੇ ਖੜ ਕੇ ਆਖਿਆ ਸੀ ਇੱਧਰ ਨੂੰ ਮੂੰਹ ਕਰਕੇ, ਕਹਿੰਦੇ ਇੱਥੇ ਇੱਕ ਬੜੀ ਚੀਜ਼ ਬਣੂਗੀ, ਮਹਾਰਾਜ ਜੀ ਕਦ ਬਣੂਗੀ, ਕਹਿੰਦੇ ਇਹ ਨੀ ਅਸੀਂ ਦੱਸਦੇ, ਮੌਕਾ ਆਜੂ ਮੌਕੇ ਤੁਹਾਨੂੰ ਪਤਾ ਲੱਗ ਜੂ, ਹੁਣ ਇਹ ਕੋਈ ਪਤਾ ਨੀ ਹੈ ਸਾਡੇ ਬਾਅਦ ਕੀ ਕੁਛ ਇੱਥੇ ਬਣ ਜਾਵੇ। ਉਹਨਾਂ ਦੀ ਮਰਿਆਦ ਰੱਖੀ ਗਈ ਹੈ, ਬਹੁਤ ਪੱਕੀ ਮਰਿਆਦ ਰੱਖੀ ਗਈ ਹੈ, ਇਸ ਤਰ੍ਹਾਂ ਦੀ ਨਹੀਂ ਹੈ ਵੀ ਮਹਾਰਾਜ ਹੁਣ ਝੁੰਗੀ ਪਾ ਕੇ ਬੈਠਣਗੇ ਤੇ ਵਿਚਾਰੇ ਮਗਰੋਂ ਕੀ ਕਰਨਗੇ, ਸਿੰਘ ਵੀ ਵਾਹਿਗੁਰੂ ਨੇ ਭੇਜ ਦਿੱਤੇ, ਸ਼ਹਿਰ ਦੀ ਸ਼ਹਿਰ ਦੀ ਸ਼ਹਿਰ ਦੀ ਸੰਗਤ ਆ ਕੇ, ਬੀਬੀਆਂ ਨੇ ਟਿੱਬਿਆਂ ਤੋਂ ਟਰੱਕਾਂ ਤੇ ਲੰਘਿਆ ਨੀ ਸੀ ਜਾਂਦਾ, ਇੱਟਾਂ ਦੂਰੇ ਸਿੱਟਤੇ ਅਸੀਂ 13-13 ਇੱਟਾਂ ਚੱਕ ਕੇ ਸਿਰਾਂ ਦੇ ਉੱਤੇ, ਉੱਥੋਂ ਲਿਆ ਲੈ ਕੇ ਲੈਣਾ ਹੀ ਬੰਦ ਸੀਗਾ, ਇੱਥੇ ਲਿਆ ਲੈ ਕੇ ਸਿੱਟੀਆਂ ਨੇ, ਇੰਨੀ ਸੇਵਾ ਕਰੀ ਹੈ ਲੱਖ ਲੱਖ ਇਹਨਾਂ ਨੇ, ਇੰਨਾ ਵਰਤ ਪਾਇਆ ਬੀਬੀਆਂ, ਗੱਲੀਆਂ ਸ਼ਹਿਰ ਦੀਆਂ ਬੀਬੀਆਂ ਨੇ ਆ ਕੇ ਪਾਇਆ।
ਤਨ ਨੇ ਮਾਨਿਆ ਰੰਗ ਰਜਾਂ ਐਡੀ ਬਖਸ਼ਣ ਬਖਸ਼ੀਏ ਮਾਰ ਕੇ ਇਹਨਾਂ ਨੂੰ ਬਾਬਾ ਜੀ ਦਾ ਪ੍ਰੇਮ ਇਹਨਾਂ ਅੰਦਰ ਵਹਾਇਆ ਇਹਨਾਂ ਨੇ ਆਪਣੇ ਮੈਂ ਹੈਰਾਨ ਆ ਕਿਸਾ ਕਮਾਉਂਦੇ ਨੇ ਕਿਤਨਾ ਬਚਨ ਭੁੱਲ ਜਾਣ ਕਿਤਨਾ ਬਚਨ ਹਾਰ ਜਾਣ ਜਿਹੜੇ ਅਸੀਂ ਬਣ ਜਾਂਦੇ ਹਾਂ ਉਸ ਬਣ ਜਾਂਦੇ ਹਾਂ ਅਸੀਂ ਸੰਤ ਬਣ ਗਏ ਅਸੀਂ ਭਾਈ ਬਣ ਗਏ ਅਸੀਂ ਪਾਠੀ ਬਣ ਗਏ ਅਸੀਂ ਅਸੀਂ ਕੀਰਤਨ ਲੱਗ ਗਏ ਅਸੀਂ ਕੀਰਤਨ ਕਰਨ ਲੱਗ ਪਏ ਅਸੀਂ ਬੋਲਣ ਵੀ ਲੱਗ ਪਏ ਉਹਨਾਂ ਨੂੰ ਮਾਣ ਹੋ ਜਾਂਦਾ ਜਿੰਦੇ ਜਿਹੜੇ ਉਸੇ ਟਾਈਮ ਡਰੈਸ ਵੀ ਬਦਲ ਜਾਂਦੀ ਹੈ ਉਸੇ ਟਾਈਮ ਬਦਲ ਜਾਂਦੇ ਨੇ ਰੱਬ ਦੀ ਤਾਂ ਗੱਲ ਕਰਨੀ ਉਹ ਹੈ ਨੀ ਪਾਠ ਕਰਦੇ ਨੇ ਪਾਠ ਨੂੰ ਸਮਝਣਾ ਹੈ ਨੀ ਸਾਡੇ ਗੁਰੂ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ ਗੁਰੂ ਦੀ ਬਾਣੀ ਨੂੰ ਵਿਛੜ ਕੇ ਕਿਰਤ ਕਰਨ ਮੰਨਣਾ ਕਿਰਤ ਕਰਨ ਦਾ ਕੀ ਹਾਲ ਹੁੰਦਾ ਕਿਰਤ ਕਰਨ ਦਾ ਮਹਾਰਾਜ ਨੇ ਮਾਫੀ ਨਹੀਂ ਕਰਿਆ ਧਰਤੀ ਕਹਿੰਦੀ ਹੈ ਭਾਈ ਕਰਤਾਰ ਜੀ ਲਿਖ ਗਏ ਨੇ ਇਹ ਕਿਰਤ ਕਰਨ ਦਾ ਭਾਰ ਸਭ ਦਾ ਪਾਪੀਆਂ ਤੇ ਵੱਡੇ ਦਾ ਮੈਂ ਭਾਰ ਚੱਲ ਸਕਦੀ ਹਾਂ ਕਿਰਤ ਕਰਨ ਦਾ ਭਾਰ ਨਹੀਂ ਮੈਂ ਚੱਲ ਸਕਦੀ ਤਦੇ ਸਾਡਾ ਇਹ ਹਾਲ ਹੋ ਰਿਹਾ ਕੌਮ ਦਾ ਸਿਰ ਨੀਵਾ ਅਸੀਂ ਆਪੇ ਆਪਣੇ ਆਪ ਹੀ ਕੀਤਾ ਕਿੱਡਾ ਸਰਦਾਰ ਉੱਚਾ ਸੀ ਕਿੱਡੇ ਕਿੱਡੇ ਮਹਾਤਮਾ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਗਿਆਨੀ ਮੇਹਰ ਸਿੰਘ ਨੇ ਇਹ ਮੇਹਰ ਸਿੰਘ ਮੈਂ ਵਿਚਾਰਾ ਹੀ ਛੱਡ ਕੇ ਗੱਲ ਤੁਹਾਨੂੰ ਦੱਸ ਰਹੀ ਹਾਂ ਮਹਾਰਾਜ ਜੀ ਇਹਨਾਂ ਨੂੰ ਇਹ ਮੁੰਡੇ ਜੇ ਸੀ ਬੱਚੇ ਇਕੱਠੇ ਹੋ ਕੇ ਗਏ ਹੋਏ ਸੀ ਮਹਾਰਾਜ ਜੀ ਕੋਲ ਲਗਨ ਬਹੁਤ ਸੀ ਇਹਨਾਂ ਨੂੰ ਜਿਸ ਤਰ੍ਹਾਂ ਹੁਣ ਬੱਚੇ ਬਾਬੇ ਜੀ ਦੇ ਕੋਲ ਪਾਸ ਆਏ ਹੋਏ ਨੇ ਲਖਵੀਰ ਸਿੰਘ ਵਾਲੀ ਬੱਚਾ ਇੱਥੇ ਉੱਥੇ ਲੱਗੇ ਹੋਏ ਉੱਥੇ ਜੁਬੀ ਵੀ ਉਹ ਕੀਰਤਨ ਕਰ ਰਹੇ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਜਾਗ ਲੱਗਿਆ ਹੋਇਆ ਉਹਨਾਂ ਦਾ ਜੁਬੀ ਵਿੱਚੋਂ ਬੱਚੇ ਆ ਕੇ ਸੇਵਾ ਕਰੇ ਨੇ ਕਰੀ ਆ ਇਹਨਾਂ ਨੇ ਇਸ ਤਰ੍ਹਾਂ ਇਹਨਾਂ ਨੂੰ ਲਗਨ ਲੱਗੀ ਹੋਈ ਸੀ ਪੂਰੀ ਸੀ ਛੋਟੀ ਜਿਹੀ ਨਹਿਰ ਦੇ ਉੱਤੇ ਜਾਂਦੇ ਉੱਥੇ ਛੱਪੜੀਆਂ ਪਾਈਆਂ ਹੁੰਦੀਆਂ ਨੇ ਕੜਛਾ ਮਿਲਦਾ ਹੁੰਦਾ ਸੀ ਇਹਨਾਂ ਨੂੰ ਖਿਚੜੀ ਦਾ ਛੱਪੜੀਆਂ ਦੇ ਝੋਰੇ ਟੋਏ ਪੱਟੇ ਹੋਏ ਸੀ ਉਹਦੇ ਵਿੱਚ ਰਹਿੰਦੇ ਹੁੰਦੇ ਸੀ ਮਹਾਰਾਜ ਜੀ ਨੇ ਕਹਿਣਾ ਤਪੱਸਿਆ ਕਰੋ ਬੈਠ ਕੇ ਇੱਥੇ ਪੂਰੀ ਦੇ ਉੱਤੇ ਵਹਾ ਦਿੰਦੇ ਸੀ ਇਹੀ ਆਪ ਹੀ ਦੱਸਦੇ ਨੇ ਵੀਰ ਜੀ ਕਹਿੰਦੇ ਜੇ ਨੀਂਦ ਆਉਣੀ ਦੜਾਂ ਨੂੰ ਨਹਿਰ ਦੇ ਵਿੱਚ ਡਿੱਗਦੇ ਸੀ ਪਤਾ ਨੀ ਉਹ ਚ ਤੜਕੇ ਨਿਕਲਦੇ ਸੀ ਕਿਸੇ ਨਾਲ ਨਿਕਲੇ ਮੁੜ ਕੇ ਆ ਕੇ ਫਿਰ ਉੱਥੇ ਬੈਠ ਜਾਣਾ ਬਚਨ ਮੰਨਦੇ ਸੀ ਉਹਨਾਂ ਪਰ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਜਦ ਇਹਨਾਂ ਕਿਸੇ ਨੇ ਵੀ ਕਹਿਣਾ ਆ ਕੇ ਪ੍ਰੇਮੀ ਬਹੁਤ ਸੀ ਮਹਾਰਾਜ ਜੀ ਦੀ ਦੁਨੀਆਂ ਹੀ ਸੀ ਹਜ਼ਾਰਾਂ ਹੀ ਸੀ ਲੱਖਾਂ ਹੀ ਸੀ ਜੀਵਨ ਲਿਖੋ ਮਹਾਰਾਜ ਜੀ ਦਾ ਮਹਾਰਾਜ ਜੀ ਕਹਿੰਦੇ ਜੀਵਨ ਕੋਈ ਨੀ ਲਿਖ ਸਕਦਾ ਗਿਆਨੀ ਮੇਹਰ ਸਿੰਘ ਲਿਖ ਸਕਦਾ ਇੱਕ ਭਾਈ ਵਰਿਆਮ ਸਿੰਘ ਲਿਖ ਸਕਦਾ ਇਹ ਦੋਹਾਂ ਦਾ ਜੀਵਨ ਲਿਖ ਸਕਦਾ ਹੋਰ ਕੋਈ ਨੀ ਲਿਖ ਸਕਦਾ ਇਹ ਮਹਾਰਾਜ ਨੇ ਸਾਡੇ ਮੂੰਹ ਤੇ ਗੱਲ ਅਸੀਂ ਆਪ ਬੈਠਿਆਂ ਨੇ ਸੁਣੀ ਹੈ ਗੱਲ ਮਹਾਰਾਜ ਜੀ ਨੂੰ ਕਹਿਤਾ ਮਹਾਰਾਜ ਜੁਪੀ ਆ ਲੈ ਜੰਗਲਾਂ ਵਿੱਚ ਪਹੁੰਚ ਗਏ ਉੱਥੇ ਸਾਡੀ ਚੁੰਗੀਆਂ ਦੇ ਵਿੱਚ ਪਹੁੰਚ ਗਏ ਸਾਡੇ ਕੋਲ ਕੋਈ ਉੱਥੇ ਕੋਠੀਆਂ ਨਹੀਂ ਸੀ ਕੋਈ ਚੀਜ਼ ਨਹੀਂ ਸੀ ਮਹਾਰਾਜ ਜੀ ਨੇ ਸਾਨੂੰ ਭੇਜਿਆ ਸੀ ਮਹਾਰਾਜ ਜੀ ਦੇ ਉੱਥੇ ਹਜ਼ਾਰਾਂ ਦੁਨੀਆਂ ਇਕੱਠੀ ਹੋ ਗਈ ਸੰਗਤ ਇੰਨੀ ਇਕੱਠੀ ਹੋਈ ਸਾਡੇ ਸੰਭਾਲੀ ਨਾ ਗਈ ਮਹਾਰਾਜ ਜੀ ਕਹਿੰਦੇ ਇੰਨੀ ਸੰਗਤ ਮਹਾਰਾਜ ਜੀ ਤੁਹਾਡਾ ਹੀ ਵਚਨ ਸੀ ਇਹ ਜੁਪੀ ਮਹਾਰਾਜ ਜੀ ਨੇ ਭੇਜਦੇ ਵਾਪਸ ਚਲੇ ਗਏ ਕਹਿੰਦੇ ਕਿਉਂ ਆ ਗਿਆ ਕਹਿੰਦੇ ਕਿ ਉਹਦੇ ਸੰਗਤ ਹੈ ਨੀ ਕਹਿੰਦੇ ਸੰਗਤ ਇੰਨੀ ਉਹਦੇ ਤਾਂ ਸੰਭਾਲੀ ਨੀ ਜਾਣੀ ਕਹਿੰਦੇ ਕਿਉਂ ਇਹ ਸੰਗਤ ਕਿੱਥੋਂ ਆ ਗਈ ਇੰਨੀ ਮਹਾਰਾਜ ਜੀ ਆਪਦਾ ਹੀ ਵਚਨ ਹੈ ਮਹਾਰਾਜ ਜੀ ਬੜੇ ਹੱਸੇ ਹੱਸ ਕੇ ਖੜੇ ਨੇ ਵੇੜਾ ਪੱਕਾ ਸੀ ਟਿਊਬਵੈਲ ਤੋਂ ਖੜ ਕੇ ਕਹਿੰਦੇ ਨੇ ਉਹ ਭਾਈ ਸਾਹਿਬ ਤਾਂ ਤੂੰ ਆ ਕਹਿੰਦੇ ਸਰ ਗਿਰੀ ਤਾਂ ਤੇਰੀ ਹੈ ਮਹਾਰਾਜ ਜੀ ਤੁਹਾਡੀ ਸਰ ਤੁਹਾਡਾ ਹੀ ਸਦਕਾ ਹੈ ਤੁਹਾਡੀ ਹੀ ਬਖਸ਼ਿਸ਼ ਹੈ ਇਹ ਅਸੀਂ ਕੌਣ ਕੁੱਕਰ ਹੈ ਤੁਹਾਡੇ ਦਰ ਦੇ ਮੈਂ ਉਸੇ ਟਾਈਮ ਕਿਹਾ ਸੀ ਮਹਾਰਾਜ ਜੀ ਨੂੰ ਮਹਾਰਾਜ ਜੀ ਨੇ ਕਦੇ ਗੱਲ ਨਹੀਂ ਸੀ ਕਰੀ ਮਹਾਰਾਜ ਜੀ ਕੋਲ ਵਾਰ ਵਾਰ ਕਦੇ ਨਹੀਂ ਸੀ ਕਹੀ ਮਹਾਰਾਜ ਜੀ 25-25 ਦਿਨ ਮਹੀਨਾ ਮਹੀਨਾ ਠਹਿਰਦੇ ਸੀ ਆ ਕੇ ਮਹਾਰਾਜ ਜੀ ਦੇ ਖਿਆਲਾਂ ਦੇ ਮਹਾਰਾਜ ਜੀ ਦੀ ਮਿਰਤੀ ਮਹਾਰਾਜ ਜੀ ਵਰਗੇ ਨਹੀਂ ਕਿਸੇ ਦੇ ਉਹਨਾਂ ਵਰਗਾ ਕੋਈ ਦੂਸਰਾ ਹੁੰਦਾ ਪਰ ਸਾਨੂੰ ਅੱਜ ਤੱਕ ਨਹੀਂ ਕੋਈ ਮਿਲਿਆ ਬੜੇ ਮਹਾਤਮਾ ਮੈਂ ਆਪਣੀ ਜ਼ਿੰਦਗੀ ਵਿੱਚ ਦੇਖੇ ਨੇ ਬੀਬੀਆਂ ਨੂੰ ਇਸ ਗੱਲ ਬਾਰੇ ਮੈਂ ਕਹਿੰਦੀ ਹਾਂ ਬੀਬੀਓ ਤੁਸੀਂ ਸੰਤਾਂ ਦੀ ਮਗਰ ਨਾ ਲੱਗਿਆ ਕਰੋ ਇਸ ਤਰ੍ਹਾਂ ਨਹੀਂ ਲੱਗੀਦਾ ਹੁੰਦਾ ਪਹਿਲਾਂ ਦੇਖੋ ਕੁਛ ਹੈ ਦੇਤੀ ਡਿੱਗਦੀ ਆ ਤੁਹਾਡੀ ਪਸੰਦ ਤੁਹਾਡੇ ਠੰਡ ਪਈ ਜਾਂ ਨਹੀਂ ਪਈ ਕੋਈ ਖਿਆਲ ਬਦਲਿਆ ਜੋ ਅਸੀਂ ਕਬੀਲਦਾਰੀਆਂ ਦੀਆਂ ਗੱਲਾਂ ਕਰ ਰਹੇ ਇੱਥੇ ਹੀ ਰਹਿ ਜਾਣੀਆਂ ਨੇ
ਸਾਡੀ ਮੈਂ ਬਿਮਾਰ ਆ ਜੀ, ਸਾਨੂੰ ਤਾਪ ਚੜਿਆ ਹੋਇਆ ਜੀ, ਸਾਡਾ ਆਹ ਕੰਮ ਨੀ ਹੁੰਦਾ ਜੀ, ਸਾਡਾ ਆਹ ਨੀ ਹੁੰਦਾ, ਇਹ ਤਾਂ ਹੋ ਹੀ ਜਾਣੇ ਕਰਮ ਅਨੁਸਾਰ। ਪਿੱਛੇ ਜੋ ਅਸੀਂ ਲਿਖਾ ਕੇ ਲਿਆਇਆ ਉਹ ਹੋਣਾ ਹੀ ਜ਼ਰੂਰ ਹੈ। ਹੋ ਜਾਂਦਾ ਜੇ ਅਸੀਂ ਬੰਦਗੀ ਕਰੀਏ, ਸੱਚੇ ਬਣ ਜਾਈਏ। ਮਹਾਰਾਜ ਦੇ ਬਚਨ ਅਟਲ ਸੀ, ਜੋ ਸਿੰਧ ਵਿੱਚ ਕਹੇ, ਸਾਡੇ ਸੰਜੂਬੀ ਵਿੱਚ ਕਹੇ ਆਏ ਸੀ ਮਹਾਰਾਜ ਜੀ। ਕਿਸੇ ਬੀਬੀ ਨੇ ਆ ਕੇ ਬਚਨ ਕਰਿਆ ਸੀ, ਕਿਸੇ ਭਾਈ ਨੇ ਬਚਨ ਕਰ ਲਿਆ। ਉਹ ਇਸ ਤਰ੍ਹਾਂ ਚੁੰਨੇ ਦੀ ਜਿਵੇਂ ਚੁੰਨੀ ਆ ਖੜਾ ਉੱਥੇ, ਐਡੀ ਉਹਨਾਂ ਦੀ ਬਖਸ਼ਿਸ਼ ਹੋਈ, ਹਰ ਇੱਕ ਨੂੰ ਵਰ ਦਿੰਦੇ ਹੀ ਚਲੇ ਗਏ। ਬੜਾ ਉੱਥੇ ਅੰਮ੍ਰਿਤ ਛਕਾਇਆ ਮਹਾਰਾਜ ਜੀ ਨੇ, ਵਰ ਦਿੱਤਾ, ਕੋਈ ਵੀ ਐਵੇਂ ਨੀ ਰਿਹਾ। ਅੱਜ ਹੁਣ ਮਦਰੋਂ ਵੀ ਆ ਗਏ ਯੂਪੀ ਦੇ ਸਿੰਘ, ਘਿਓ ਵੀ ਜੋੜ ਲੈਣ, ਕੋਈ ਵੀ ਚੀਜ਼ ਕਰਨ, ਸਾਦੀਆਂ ਕਰਨ, ਰਾਰਾ ਸਾਹਿਬ ਪਹੁੰਚਦੇ ਨੇ ਪਹਿਲਾਂ, ਮਦਰੋਂ ਫਿਰ ਬਾਬਾ ਜੀ ਪਾਸ ਆਉਂਦੇ। ਮਹਾਰਾਜ ਜੀ ਤਾਂ ਵਡਿਆਈ ਕੋਈ ਕਰ ਨੀ ਸਕਦਾ, ਅਸੀਂ ਕੀ ਗੁਰੂ ਸਾਹਿਬ ਦੀ ਵਡਿਆਈ ਕਰ ਲਾਂਗੇ? ਅਸੀਂ ਆਪਣੇ ਆਪ ਨੂੰ ਹੀ ਵਡਿਆਉਣੇ ਆ। ਮੈਂ ਕੁਛ ਹਾਂਗਾ, ਆਪਣੇ ਆਪ ਦੀ ਵਡਿਆਈ ਕਰ ਲੈਂਦੇ ਹਾਂ। ਇੱਕ ਆ ਗਿਆ ਮੇਰੇ ਨਾਲ ਤਾਂ ਦੂਜਾ ਬੈਠ ਗਿਆ ਸਟੇਜ ਤੇ ਆ ਗਿਆ, ਅਸੀਂ ਉਹਦੀ ਵਡਿਆਈ ਕਰਤੀ। ਤੀਜਾ ਉਹਦੇ ਨਾਲ ਦਾ ਆ ਗਿਆ, ਅਸੀਂ ਉਹਦੀ ਵਡਿਆਈ ਕਰਦੇ। ਅਸੀਂ ਬੰਦੇ ਦੀ ਬੰਦਾ ਵਡਿਆਈ ਕਰ ਰਹੇ ਹਾਂ। ਮੈਂ ਵਡਿਆਈ ਨੀ ਕੀਤੀ ਗਿਆਨੀ ਜੀ ਦੀ, ਸੱਚਮੁੱਚ ਇਹਨਾਂ ਦੇ ਖਿਆਲ ਇਹੋ ਜਿਹੇ ਨੇ। ਜਿਸ ਤਰ੍ਹਾਂ ਬਾਬਾ ਜੀ ਦੇ ਖਿਆਲ ਸੀ ਇੱਕੋ ਜੀ ਭਗਤੀ, ਜਦ ਇਸਰੇ ਗੱਲ ਇੱਕ ਨਾਰ ਸਿੰਘ ਸੀਗੇ, ਬਹੁਤ ਸਿੰਘ ਸੀ ਇਹ। ਹੁਣ ਮਗਰੋਂ ਮੁੰਡੇ ਆ ਕੇ ਕਹਿ ਦਿੰਦੇ ਨੇ, ਇੱਕ ਮੁੰਡਾ ਆਇਆ ਮੇਰੇ ਕੋਲ, ਮੈਂ ਦੇਤਾ ਲੱਗਦੀ ਹੈ, ਤੁਹਾਨੂੰ ਪਤਾ ਵੀ ਉਰਲੀਆਂ ਪਰਲੀਆਂ ਬੀਬੀ ਦੀਆਂ ਬਹੁਤ ਹੁੰਦੀਆਂ ਨੇ, ਤੇ ਮੈਂ ਇੱਕ ਮੁੰਡਾ ਆਇਆ ਮੇਰੇ ਕੋਲ ਗ੍ਰੰਥੀ ਲੱਗਿਆ ਆਇਆ ਭਾਈ ਵੀ ਜੀ, ਮੈਂ ਆਇਆ, ਮੈਂ ਰਾਜੇ ਸਾਹਿਬ ਰਹਿੰਦਾ ਸੀ, ਚੁੱਪ ਕਰ ਰਹੀ ਮੈਂ। ਠੀਕ ਹੈ, ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਭਾਈ ਤੁਸੀਂ ਤਾਂ ਪਛਾਣਦੇ ਹੋ ਬੰਦੇ ਨੂੰ, ਬੰਦੇ ਨੂੰ ਦੇਖਦੇ ਹੋ, ਉਹਦੇ ਡਰੈਸ ਪਾਈ ਦੇਖਦੇ ਹੋ, ਕੱਪੜੇ ਲੀੜੇ ਦੇਖਦੇ ਹੋ, ਉਹਦੀਆਂ ਪੱਗਾਂ ਦੇਖਦੇ ਹੋ, ਤੁਸੀਂ ਸੂਟ ਦੇਖਦੇ ਹੋ, ਸਾਨੂੰ ਤਾਂ ਕਹਿੰਦੇ ਅੰਦਰੋਂ ਦਿਸ ਜਾਂਦਾ ਆਉਂਦਾ ਬੰਦਾ। ਤੁਸੀਂ ਭਾਈ ਦੇਖ ਲਓ ਵਿਚਾਰ ਕਰਕੇ, ਜੇ ਆਪਣੇ ਅੰਦਰ ਰਹੋ ਤੁਹਾਨੂੰ ਵੀ ਪਤਾ ਲੱਗ ਜਾਵੇ ਬੰਦਾ ਕਿਹੋ ਜਿਹਾ ਆਉਂਦਾ, ਕਿਹੋ ਜਿਹਾ ਖਿਆਲ ਨੇ ਇਸ ਵੇਲੇ, ਅੰਦਰ ਵੱਜਦਾ ਬੰਦਾ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਭਾਈ 12 ਸਾਲ ਝੂਠ ਨਾ ਬੋਲੇ, ਸਿੱਧੀ ਆ ਜਾਂਦੀ ਹੈ ਜਮਾਨ ਦੇ ਉੱਤੇ। ਇਹ ਸਭ ਸਹੀ ਗੱਲਾਂ ਨੇ, ਕਿਹੜੇ ਕਿਹੜੇ ਦ੍ਰਿਸ਼ਟਾਂਤ ਤੁਹਾਨੂੰ ਦੱਸੀਏ, ਬਹੁਤ ਵੱਡੀਆਂ ਵੱਡੀਆਂ ਸਾਡੀ ਜ਼ਿੰਦਗੀ ਵਿੱਚ ਹੋਈਆਂ ਨੇ। ਮਹਾਰਾਜ ਜੀ ਤਾਂ ਵਡਿਆਈ ਅਸੀਂ ਕਰ ਨਹੀਂ ਸਕਦੇ, ਅਸੀਂ ਆਪਣੇ ਆਪ ਦੀ ਵੀ ਨਹੀਂ ਵਡਿਆਈ ਅਸੀਂ ਕਰ ਸਕਦੇ। ਕਿਉਂ? ਜ਼ਿੰਦਗੀ ਹੈ ਜੋ ਬਾਬਾ ਜੀ ਦੀ, ਇਹ ਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਨਿਵੀ ਹੈ। ਜੇ ਅਸੀਂ ਕਹਿ ਦਈਏ ਵੀ ਮਹਾਰਾਜ ਦੇ ਪ੍ਰੇਮੀ ਨੇ ਇਹ, ਮਹਾਰਾਜ ਦੀ ਇਹਨਾਂ ਲਗਨ ਲੱਗੀ ਹੈ, ਮਹਾਰਾਜ ਦੇ ਵਿਯੋਗ ਵਿੱਚ, ਮਹਾਰਾਜ ਦੇ ਪਿਆਰ ਵਿੱਚ ਇਹਨਾਂ ਜੋ ਕਿਰਤ ਕੀਤੀ ਹੈ, ਉਹਨਾਂ ਦੇ ਪਿਆਰ ਵਿੱਚ ਕੀਤੀ ਹੈ। ਦੂਸਰਾ ਔਖਾ ਹੋ ਜਾਂਦਾ ਸੁਣ ਕੇ, ਕਿੱਡਾ ਰਾੜੇ ਵਾਲਾ ਬਣਿਆ ਫਿਰਦਾ ਇਹ, ਬਿਲਕੁਲ ਨੀ ਰਾੜੇ ਵਾਲੇ ਕਹਾਇਆ, ਕੋਈ ਗੱਲ ਨੀ ਕਹਾਈ, ਪਰ ਇਹਨਾਂ ਨੂੰ ਪਤਾ ਨੀ ਮਹਾਰਾਜ ਨੇ ਕੀ ਸੂਝ ਦਿੱਤੀ ਹੈ। ਬੋਲਦੇ ਹੀ ਬੱਚੇ ਸੀ ਇਸ ਤਰ੍ਹਾਂ, ਸਿਆਣੇ ਮਗਰ ਲੱਗੇ ਨੇ, ਜਦ ਗੱਡੀ ਲੰਘਣੀ ਬਾਬਾ ਜੀ ਦੀ ਕਹਿਣਾ ਰਾੜੇ ਵਾਲੇ ਸੰਭ ਜਾਂਦੇ ਨੇ। ਕਿਸੇ ਨੇ ਆਖਿਆ ਸੀ ਇਹਨਾਂ ਨੂੰ? ਬਿਲਕੁਲ ਨੀ। ਇੱਕ ਬੱਚੇ ਨੇ ਕਿਰਪਾਨ ਅੰਮ੍ਰਿਤ ਛਕਦੇ ਹੀ, ਛੋਟੇ ਛੋਟੇ ਬੱਚੇ ਕਿਰਪਾਨ ਲਾ ਕੇ ਰੱਖਿਆ ਆ, ਕਿਉਂ ਬਾਹਰ ਤਾਂ ਚਲਿਆ ਗਿਆ, ਕਹਿੰਦਾ ਮੈਂ ਨੀ ਜਾਣਾ, ਐਵੀ ਮਾਰ ਜਾਂਦਾ ਅੰਮ੍ਰਿਤਸਰ ਕੋਲ ਕਿਰਪਾਨ ਪਾ ਲਓ। ਇੱਕ ਚਿੱਟੇ ਵਸਤਰ ਵਾਲਾ ਬਹੁਤ ਵਧੀਆ ਬਜ਼ੁਰਗ ਉਹਨਾਂ ਕੋਲ ਪਹੁੰਚਿਆ, ਉਹਨਾਂ ਨੇ ਮਾਂ ਦੇ ਫੜ ਕੇ ਥੱਪੜ ਮਾਰਿਆ, ਕਹਿੰਦੇ ਦੱਸ ਕਿੱਥੇ ਕਿਰਪਾਨ ਲਾ ਕੇ ਆਇਆ? ਕਹਿੰਦੇ ਮਹਾਰਾਜ ਘੱਟ ਗਿਆ ਆ। ਕਹਿੰਦੇ ਲੈ ਕੇ ਆ, ਉਸ ਨੂੰ ਚਾਰੋਂ ਦਾ ਦਿਮਾਗ ਲੱਗਿਆ ਆਇਆ, ਤੁਰੋ ਮੇਰੇ ਪਿੰਡ ਨੀ ਜਾ, ਕਿਹੜੇ ਪਿੰਡ ਦਿਮਾਗ ਲੱਗਿਆ ਆਇਆ ਸੀ ਤੂੰ? ਕਹਿੰਦਾ ਕੀ ਕਰੀ ਗੱਲ ਏ, ਡਠਿਆ ਡਠਿਆ ਘਰ ਆ ਗਿਆ। ਕਹਿੰਦੇ ਮੈਨੂੰ ਤਾਂ ਕਿਸੇ ਨੇ ਕੁੱਟਿਆ, ਸ਼ਹੀਦ ਸਿੰਘ ਸੀ ਕੋਈ। ਜਦ ਉਸ ਨੂੰ ਦੱਸਿਆ ਵੀ ਕੌਣ ਸੀ, ਫੋਟੋਆਂ ਦਿਖਾਈਆਂ ਕੌਣ ਸੀ, ਕਹਿੰਦੇ ਇਹ ਸੀ ਬਾਬੇ ਮਹਾਰਾਜ ਜੀ, ਸੰਤ ਮਹਾਰਾਜ ਜੀ ਦੀ ਫੋਟੋ ਨੂੰ, ਕਹਿੰਦੇ ਇਹ ਸਿੰਘ ਸੀਗੇ, ਇਹ ਬਾਬੇ ਸੀ, ਕਹਿੰਦੇ ਮੈਨੂੰ ਮਾਰਿਆ ਇਹਨਾਂ ਨੇ। ਕਹਿੰਦੇ ਉੱਥੇ ਦਿਮਾਗ ਲੱਗਿਆ ਹੋਇਆ, ਇੱਕ ਗੱਲ ਨੀ ਹੈਗੀ, ਹਜੂਰ ਸਾਹਿਬ ਅੰਮ੍ਰਿਤ ਛਕਣ ਚਲਿਆ ਗਿਆ, ਜਗੀਰ ਸਿੰਘ ਰੋਪੜ ਦਾ ਭਾਈ ਸਾਹਿਬ ਸੋਹਣੀ ਬੈਠੇ ਨੇ ਉੱਥੇ, ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ, ਲੈਣ ਵਿੱਚ ਆ ਗਏ, ਲੱਗ ਗਏ ਪੁੱਛਣ ਲੱਗ ਪਏ। ਉਹ ਬੈਠੇ ਨੂੰ ਬਹੁਤ ਭੀੜ ਸੀ, ਅੰਬਾੜੀ ਜੀ ਅੰਗੜਾ ਜੀ ਆਈ, ਕਹਿਣ ਲੱਗੇ ਸਿੰਘਾ ਕੀ ਕਰਨ ਆਏ ਇੱਥੇ? ਕਹਿੰਦਾ ਜੀ ਮੈਂ ਅੰਮ੍ਰਿਤ ਛਕਣ ਆਇਆ। ਕਹਿੰਦੇ ਉੱਥੇ ਸਿੰਘ ਭੇਜਿਆ ਹੈ ਰੋਪੜ ਜ਼ਿਲ੍ਹੇ ਚ, ਉੱਥੇ ਛਕੋ ਅੰਮ੍ਰਿਤ ਜਾ ਕੇ। ਕਹਿੰਦੇ ਮਹਾਰਾਜ ਅਸੀਂ ਨਾਂ ਨੀ ਜਾਣ, ਮੈਨੂੰ ਤਾਂ ਪਤਾ ਨੀ ਕੌਣ ਆ। ਕਹਿੰਦੇ ਬਰਿਆਮ ਸਿੰਘ ਨਾਮ ਦਾ ਆ, ਉਹ ਉੱਥੇ ਪ੍ਰਚਾਰ ਕਰ ਰਹੇ ਅੰਮ੍ਰਿਤ ਛਕਾ ਰਹੇ। ਉਹ ਵਾਪਸ ਆ ਗਏ ਹੈਰਾਨ ਹੋ ਕੇ, ਇੱਧਰ ਉੱਧਰ ਸੁਣਨ ਲੱਗ ਪਏ, ਗੱਲ ਪੁੱਛਣ ਲੱਗ ਪਏ, ਇਹ ਭਾਈ ਸਾਹਿਬ ਸਿੰਘ ਜੀ ਹੁਣ ਉੱਥੇ ਰਹਿੰਦੇ ਸੀ, ਇਹਨਾਂ ਨੂੰ ਮਿਲੇ,
ਕਹਿਣ ਲੱਗੇ ਮੈਨੂੰ ਪਤਾ ਹੀ ਲੱਗਦਾ ਉੱਥੇ ਮੈਨੂੰ ਆਵਾਜ਼ ਆਈ ਸੀ ਕੌਣ ਅੰਮ੍ਰਿਤ ਛਕਾ ਰਹੇ। ਇਹ ਕਹਿਣ ਲੱਗੇ ਮੈਂ ਵੀ ਉੱਥੇ ਛਕ ਕੇ ਆਇਆ, ਉਹੀ ਛਕਾ ਰਹੇ ਨੇ, ਚਲ ਤੈਨੂੰ ਵੀ ਲੈ ਕੇ ਚੱਲੀਏ ਨਾਲ, ਚੰਗੇ ਵੱਡੇ ਆਦਮੀ ਨੇ, ਚਲੋ ਇਹ ਤਾਂ ਆਪਾਂ ਨੇ ਕੀ ਵਡਿਆਈ ਕਰਨੀ ਹੈ। ਅੱਛੀ ਵਾਹਿਗੁਰੂ ਨੇ ਬਹੁਤ ਕੁਛ ਬਖਸ਼ਿਆ ਹੋਇਆ ਉਹਨਾਂ ਨੂੰ, ਗਏ ਹੋਏ ਨੇ ਇੰਗਲੈਂਡ ਨੂੰ, ਤੇ ਇਸ ਤਰ੍ਹਾਂ ਕਰਕੇ ਵਡਿਆਈਆਂ ਤਾਂ ਹੋ ਨੀ ਸਕਦੀਆਂ। ਸਤਿਗੁਰੂ ਦੀ ਵਡਿਆਈ ਹੋ ਜਾਵੇ ਉਹੀ ਵੱਡੀ ਹੈ, ਬੰਦਿਆਂ ਦੀ ਵਡਿਆਈਆਂ ਕੀ ਕਰਨੀਆਂ ਨੇ। ਸੰਗਤ ਨੇ ਸੇਵਾ ਬਹੁਤ ਕੀਤੀ ਹੈ, ਜਿਵੇਂ ਬਾਬਾ ਜੀ ਨੇ ਆਖਿਆ ਸੀ ਡੇਰੇ ਤਾਂ ਬਣ ਜਾਂਦੇ ਨੇ, ਥਾਂ ਅਸਥਾਨ ਵੀ ਬਣ ਜਾਂਦੇ ਨੇ, ਸੰਭਾਲਣ ਵਾਲਾ ਨੀ ਕੋਈ ਆਉਂਦਾ। ਮਹਾਰਾਜ ਜੀ ਨੇ ਆਖਿਆ ਸੀ, ਕਹਿੰਦੇ ਭਾਈ ਸਭ ਕੁਛ ਹੋ ਜਾਂਦਾ, ਸੰਭਾਲਣ ਵਾਲਾ ਨੀ ਕੋਈ ਹੁੰਦਾ, ਪਤਾ ਨੀ ਕੀ ਬਣੂਗਾ ਅਸਥਾਨ ਦਾ। ਮਹਾਰਾਜ ਜੀ ਵੀ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ, ਪਰ ਇਸ ਤਰ੍ਹਾਂ ਜੇ ਅਸੀਂ ਪਾਲਣ ਜਾਓ ਤਾਂ ਮਿਲਦਾ ਨੀ ਹੈ। ਨਕਲਾਂ ਤਾਂ ਅਸੀਂ ਬਹੁਤ ਕਰ ਲੈਂਦੇ ਹਾਂ, ਮੁੰਡਾ ਕਹਿੰਦਾ ਆ ਕੇ ਮਹਾਰਾਜਾ ਸਾਹਿਬ ਤੇ ਆ, ਮੈਂ ਚੁੱਪ ਕਰ ਰਹੀ, ਬਗੈਰ ਬੁਲਾਏ ਤੇ ਲੱਗ ਗਿਆ ਬੋਲਣ, ਮੈਂ ਫਿਰ ਚੁੱਪ ਕਰ ਰਹੀ। ਆਏ ਰਾੜੇ ਸਾਹਿਬ, ਸੰਤ ਮਹਾਰਾਜ ਆਏ ਸੀ, ਸੰਤ ਮਹਾਰਾਜ ਜੀ ਆਏ ਗਏ ਸੀ, ਇੰਗਲੈਂਡ ਆਏ ਹੋਏ ਸੀ, ਆਏ ਉਹਨਾਂ ਨੇ ਸਰੀਰ ਛੱਡਿਆ। ਮੈਂ ਕਿਹਾ ਬੇਟਾ ਮੈਂ ਕਰਦੀ ਹਾਂ ਪਾਠ, ਮੈਂ ਦੋ ਹੱਥ ਮੰਨੇ, ਮੈਂ ਜਾ ਕਰ ਲੂ। ਜੇ ਮਹਾਰਾਜ ਜੀ ਹੋਏ ਸੀ ਆਏ ਸੀ, ਤੂੰ ਤਾਂ ਜੰਮਿਆ ਵੀ ਨੀ ਸੀ ਜਦ, ਕਿੰਨੀ ਉਮਰ ਹੈ ਤੇਰੀ। ਬਿਲਕੁਲ ਨੀ ਮਹਾਰਾਜ ਦੀ ਗੱਲ ਕਰਨੀ, ਮਹਾਰਾਜ ਕਿਸ ਤਰ੍ਹਾਂ ਗਏ ਤੇ ਕਿਸ ਤਰ੍ਹਾਂ ਆਏ। ਮੇਰੇ ਕੋਲੇ ਗੁਰਦੁਆਰੇ ਗ੍ਰੰਥੀ ਲੱਗਿਆ ਭਾਈ, ਰਾੜੇ ਸਾਹਿਬ ਦੋ ਦਿਨ ਰਹਿ ਕੇ ਆ ਕੇ ਕਹਿੰਦੇ ਨੇ ਅਸੀਂ ਰਾੜੇ ਸਾਹਿਬ ਤੋਂ ਆਏ ਸੀ, ਸੰਤ ਰਾੜੇ ਵਾਲ ਦੇ ਸੇਵਕ। ਇਹ ਗੱਲਾਂ ਇਹ ਗਿਆਨੀ ਜੀ ਨੇ ਗੱਲ ਜੋ ਆਖੀ ਸੀ, ਇਹ ਗੱਲਾਂ ਤਾਂ ਬਹੁਤ ਹੋ ਰਹੀਆਂ ਨੇ। ਭੂਤ ਮੈਂ ਆਖਿਆ ਸੀ ਨਾ, ਜੋ ਭੂਤਾਂ ਨੇ ਗੱਲ ਕਰਦਾ ਭੂਤ ਬਣਦਾ ਹੈ, ਸੱਪਾਂ ਨੂੰ ਬਸ ਵਿੱਚ ਕਰਦਾ ਸੱਪ ਬਣਦਾ, ਕਿਸੇ ਵੀ ਗੱਲ ਦਾ ਧਿਆਨ ਕਰ ਲਓ ਉਹੀ ਬਣੂਗਾ। ਉਹਨੂੰ ਕਹਿੰਦੇ ਵੀ ਜੀਵ ਮਰ ਜਾਂਦਾ, ਬਿਲਕੁਲ ਨੀ ਮਰਦਾ, ਜੀਵ ਜਿਉਂਦਾ ਹੀ ਰਹਿੰਦਾ, ਸਰੀਰ ਛੱਡਦਾ ਚੋਲਾ ਬਦਲਦਾ। ਇਹ ਜਿਹੜਾ ਜੀਵ ਹੈ ਇਹਦੇ ਵਾਸਤੇ ਅਸੀਂ ਗੁਰੂ ਦੀ ਸ਼ਰਨ ਲੈਣੀ ਹੈ, ਇਹਦੀ ਬਾਣੀ ਨੂੰ ਸਮਝਣਾ, ਇਹਦਾ ਲੜ ਨਹੀਂ ਛੱਡਣਾ, ਸਮਰਾ ਗੱਲਾਂ ਸਮਰੱਥ ਹੈ। ਤੁਸੀਂ ਜੋ ਕੁਛ ਮੰਗਣਾ ਮੰਗੋ, ਤੁਹਾਨੂੰ ਪੂਰਾ ਕਰੂਗਾ, ਪਰ ਦਿਲੋਂ ਲਾ ਕੇ ਮੰਨੋ, ਦਿਲੋਂ ਲਾ ਕੇ ਮੰਗੋ। ਜੇ ਅਸੀਂ ਛੱਡ ਗਏ ਤਾਂ ਹੀ ਸਾਨੂੰ ਬਿਮਾਰੀਆਂ ਲੱਗਦੀਆਂ ਨੇ, ਇੱਧਰ ਉੱਧਰ ਘੁੰਮਦਿਆਂ ਸਿਆਣਿਆਂ ਵਿਆਣਿਆਂ ਕੋਲ, ਫਲਾਣੇ ਸੰਤ ਕੋਲ, ਤਿਮਕੇ ਕੋਲ, ਨੇ ਮੈਨੂੰ ਆਹ ਦੇਤੀ ਸੀ, ਮੈਨੂੰ ਆਹ ਦੇਤਾ ਸੀ। ਇੱਕ ਬੀਬੀ ਆਈ ਕਹਿੰਦੀ ਮੈਂ ਕੀ ਦੇਤਾ, ਕਹਿੰਦੀ ਇਹ ਸ਼ਰਾਬ ਪੀਂਦਾ ਮੇਰਾ ਪੁੱਤ ਜਾਦੇ, ਮਾਂ ਹੀ ਲਿਆਈ, ਫਲਾਣੇ ਨੇ ਮੈਨੂੰ ਦਿੱਤਾ, ਮੈਂ ਸੰਤ ਕੋਲ ਗਈ ਸੀ, ਇਹ ਤੂੰ ਜਰਾ ਕੋ ਉਹਨੂੰ ਦੇ ਦੇ ਸ਼ਰਾਬ ਪੀਣ ਦੇ ਹਟ ਜੂ। ਉਹ ਕਹਿੰਦੀ ਮੈਂ ਉਸਨੂੰ ਦੇਤਾ ਤਾਂ ਦਿਮਾਗੇ ਫਿਰ ਕੇ ਫਿਰ ਗਿਆ। ਮੈਂ ਕਿਹਾ ਸੱਸ ਨੂੰ ਵੀ ਦੇ ਦੇ, ਕਹੀ ਹੋਰ ਪਈਆ ਥੋੜੀ ਜਿਹੀ, ਮੈਂ ਉਹਨੂੰ ਵੀ ਦੇ ਦੇ, ਨਾਲੇ ਦੋਏ ਮਾਂ ਪੁੱਤ ਦੋਨੇ ਤੁਰੇ ਫਿਰਨਗੇ, ਸੱਸ ਲੈ ਕੇ ਆਈ ਹੈ ਨਾ। ਕਹਿੰਦੀ ਹਾਂ, ਮੈਂ ਤੂੰ ਆਰਾਮ ਨਾਲ ਟਿੱਕੇ, ਮੈਂ ਤੂੰ ਨਾ ਖਾਈ, ਉਹ ਨਾਲੇ ਦੇ ਦੇ ਘੋਲ ਕੇ ਉਹ ਵੀ ਪੀ ਲੂਗੀ, ਤੇ ਤੂੰ ਵੀ ਬੇਬੇ ਠੀਕ ਹੋ ਜਾਏਗੀ, ਤੂੰ ਵੀ ਲੈ ਲਾ ਨਾਮ ਜਪਿਆ ਕਰੇਗੀ ਬਾਅਦ। ਆਹ ਹਾਲਤ ਸਾਡੀ ਹੋ ਰਹੀ ਹੈ, ਅਸੀਂ ਸਿਆਣਿਆਂ ਨੂੰ ਮੰਨਦੇ ਹਾਂ, ਭੂਤਾਂ ਨੂੰ ਮੰਨਦੇ ਹਾਂ, ਬੜੀਆਂ ਮਸਾਣੀਆਂ ਨੂੰ ਮੰਨਦੇ ਹਾਂ, ਸ਼ਹੀਦਾਂ ਨੂੰ ਮੰਨਦੇ ਹਾਂ, ਕਬਰਾਂ ਨੂੰ ਮੰਨਦੇ ਹਾਂ, ਉਹ ਛੱਡਦੇ ਹੀ ਨੀ ਕੁਛ ਵੀ ਆ ਜਾਵੇ ਮੂਹਰੇ, ਉਹੀ ਆ ਜਾਵੇ ਉਸ ਨੂੰ ਮੰਨੀ ਜਾਵਾਂਗੇ। ਜਿਹੜੀ ਇੱਕ ਜੋਤ ਆ ਉਸਨੂੰ ਨੀ ਮੰਨਦੇ, ਤਜੋ ਸਿਆਣ ਪਸੁਰ ਜਾਣੋ ਸਿਮਰੋ ਹਰ ਹਰ ਰਾਏ, ਇਹ ਪਿਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਪਾਉ ਜਾਏ। ਇੱਕ ਨੂੰ ਸਿਮਰੋ, ਸਾਰੇ ਦੁੱਖ ਮਿਟ ਜਾਂਦੇ ਨੇ ਉਸ ਤੇ। ਸੇਵਾ ਕਰਦੇ, ਸੇਵਾ ਕਰਨ ਵਾਲੇ ਤਾਂ ਬੜੀ ਜੁਣੀ ਪ੍ਰੇਮੀ ਸਿੰਘ, ਆਹ ਤੁਹਾਡੇ ਸਾਹਮਣੇ ਕਿਰਪਾਨ ਵਾਲਾ ਭਾਈ ਕਿਰਪਾਲ ਸਿੰਘ, ਸੰਤ ਦੇ ਵੀ ਵੱਡੀ ਪਦਵੀ ਉਹਨੂੰ ਦੇ ਸਕਦੇ ਹਾਂ। ਇੱਕ ਟਰੱਕ ਕਹੋ 10 ਘੜਾ ਕੇ ਘੜਾ ਆਉਂਦਾ ਲੈ ਕੇ, ਇੰਨੀ ਗੁਰੂ ਸਾਹਿਬ ਦੀ ਸੇਵਾ ਕਰ ਰਹੇ ਨੇ, ਇੰਨਾ ਤਨ ਮਨ ਧਨ ਸਾਰਾ ਸੌਂਪਿਆ ਪਿਆ ਉਹਨਾਂ ਨੇ ਮਹਾਰਾਜ ਨੂੰ, ਜ਼ਮੀਨ ਵੀ ਠੇਕੇ ਤੇ ਸੰਤਾਂ ਨੂੰ ਦਿੱਤੀ ਗਈ ਹੈ। ਸੰਤ ਕੋਈ ਕਿਹਾ ਜੀ ਆ ਜਾਵੇ, ਇਹਨਾਂ ਨੇ ਸੇਵਾ ਕਰਨੀ। ਮਹਾਰਾਜ ਜੀ ਨੂੰ ਮੈਂ ਇਵੇਂ ਕਿਹਾ ਸੀ, ਮਹਾਰਾਜ ਜੀ ਸਭ ਕੰਮ ਤੁਸੀਂ ਆਪੇ ਹੀ ਕਰ ਲਏ, ਆਪਦੇ ਦੁਨੀਆਂ ਦੇ ਜੋ ਦੁਨਿਆਵੀ ਕੰਮ ਸੀ ਉਹ ਆਪੇ ਕਰਤੇ ਆਪ ਤੁਸੀਂ, ਹੁਣ ਤਾਂ ਸਾਡਾ ਇੱਥੇ ਕੋਈ ਚੀਜ਼ ਹੀ ਨਹੀਂ ਹੈ, ਜੋ ਚੀਜ਼ ਆ ਸਾਡੇ ਕੋਲ ਜ਼ਮੀਨ ਹੈ, ਘਰ ਹੈ, ਬਾਹਰ ਹੈ, ਤੁਹਾਡਾ ਹੀ ਹੈ। ਤੁਸੀਂ ਆਖਿਆ ਸੀ ਇਹਨਾਂ ਨੂੰ ਵੀ ਸਭ ਚੀਜ਼ ਮੇਰੀ ਹੋਈ ਹੈ ਨਾ, ਠੀਕ ਹੈ ਮੇਰਾ ਸਮਝ ਕੇ ਤੂੰ ਇਹ ਸੇਵਾ ਕਰੀ ਚੱਲ, ਹੁਣ ਸੇਵਾ ਪੂਰੀ ਹੋ ਗਈ ਹੈ, ਇਹ ਸਭ ਤੁਹਾਡੇ ਨਿਵੇਰਤਾ ਲੈ ਲਓ ਤੁਸੀਂ। ਮਹਾਰਾਜ ਜੀ ਹੱਸ ਪਏ, ਕਹਿੰਦੇ ਇਹ ਹੈ ਨਹੀਂ, ਦੋ ਦਿਨ ਚੁੱਪ ਕਰ ਰਹੇ, ਤੀਸਰੇ ਦਿਨ ਜਵਾਬ ਦਿੱਤਾ, ਕਹਿੰਦੇ ਭਾਈ ਮੇਰਾ ਹੀ ਹੈ ਸਭ ਕੁਛ,
ਮੇਰਾ ਸਮਝ ਕੇ ਮੇਰੇ ਸੇਵਾ ਕਰੋ ਤੁਸੀਂ, ਕੀਰਤਨ ਨਹੀਂ ਛੱਡਣਾ। ਇਹਨਾਂ ਨੂੰ ਯੂਪੀ ਵਿੱਚ ਕਹਿ ਕੇ ਆਏ ਸੀ, ਹਜ਼ਾਰਾਂ ਸੰਗਤਾਂ ਬੈਠੀਆਂ ਉੱਥੇ ਰੋਂਦੀਆਂ ਸੀ। ਜਿੱਥੇ ਸਾਨੂੰ ਬਹਾਲਣ ਨੂੰ ਗਿਟਦੇ ਥਾਂ ਨਹੀਂ ਸੀ ਲੱਭਦਾ, ਵੀ ਜੇ ਸੰਗਤਾਂ ਇੰਨਾ ਪ੍ਰੇਮ ਸੰਗਤਾਂ ਨੂੰ, ਬਹੁਤ ਸੰਗਤਾਂ ਆਈਆਂ ਸੀ। ਕਹਿੰਦੇ ਸੰਗਤਾਂ ਨੂੰ ਨੀ ਛੱਡਣਾ, ਕੀਰਤਨ ਤੈਂ ਨੀ ਛੱਡਣਾ। ਜਿੰਨਾ ਚਿਰ ਜ਼ਿੰਦਗੀ ਆ ਕੀਰਤਨ ਕਰੀ, ਕੋਈ ਕੁਛ ਵੀ ਕਹੀ ਜਾਵੇ, ਸਾਨੂੰ ਥੋੜਾ ਕੁਛ ਆਖਿਆ ਸੀ ਦੁਨੀਆਂ ਨੇ, ਨਹੀਂ ਆਪਣਾ ਸੁਭਾਅ ਛੱਡੀ ਦਾ, ਆਪਣੇ ਸੁਭਾਅ ਨੂੰ ਬਦਲ ਕੇ ਕਿਸੇ ਪਾਸੇ ਹੋਰ ਨੀ ਲਾਈ ਦਾ, ਪਰ ਉਹਨਾਂ ਦਾ ਹੀ ਸਦਕਾ ਹੈ। ਇਸ ਵੇ ਭਾਈ ਤੁਸੀਂ ਦਿਮਾਗ ਲੱਗੂਗਾ, ਸੇਵਾ ਬਹੁਤ ਕੀਤੀ ਹੈ ਸਾਰਿਆਂ ਨੇ, ਮਗਰੋਂ ਇਹਨਾਂ ਨੂੰ ਇਹਨਾਂ ਦੇ ਨਾਂ ਲੈ ਜਾਣਗੇ, ਨਾਂ ਲੈ ਤੇ ਵਿਚਾਰਿਆਂ ਦਿਲ ਲੱਗ ਜਾਂਦਾ, ਕੋਈ ਨਾਮ ਜਪਣ ਲੱਗ ਜਾਂਦਾ, ਸੱਚੇ ਦੇ ਘਰ ਵਿੱਚ ਆ ਜਾਂਦਾ। ਲੈਣਾ ਹੀ ਚਾਹੀਦਾ, ਅਣਜਾਣਾਂ ਨੂੰ ਦੱਸਣਾ ਹੀ ਪੈਂਦਾ, ਉਂਗਲੀ ਲਾ ਕੇ ਲਿਆਉਣਾ ਪੈਂਦਾ, ਬੱਚੇ ਨੂੰ ਖੜਾਉਣਾ ਪੈਂਦਾ, ਫਿਰ ਉਹਨੂੰ ਇਹ ਵੀ ਸਿਖਾਉਣੀ ਪੈਂਦੀ ਹੈ, ਫਿਰ ਉਹ ਪਹਿਲੀ ਦੂਜੀ ਚ ਹੋ ਜਾਂਦਾ, ਉਹ ਫਿਰ ਮੈਟ੍ਰਿਕ ਪਾਸ ਕਰ ਲੈਂਦਾ, ਫਿਰ ਗਾਹਾਂ ਵੱਧ ਜਾਂਦਾ, ਐਮਏ ਵੀ ਕਰ ਜਾਂਦਾ, ਉਹ ਬੀਏ ਛੱਡ ਕੇ ਗਾਹਾਂ ਪੀਐਚਡੀ ਵੀ ਕਰ ਲੈਂਦਾ, ਡਾਕਟਰ ਵੀ ਬਣ ਜਾਂਦਾ, ਇੰਜੀਨੀਅਰ ਵੀ ਬਣ ਜਾਂਦਾ, ਫਿਰ ਬਣ ਜਾਂਦੇ ਨੇ ਸਭ। ਇੰਨਾ ਉਤਸ਼ਾਹ ਅੱਜ ਦੇਖਿਆ ਅਸੀਂ ਪਿੰਡਾਂ ਦਾ, ਬਹੁਤ ਪਿਆਰ ਦੇਖਿਆ, ਤੇ ਇਸ ਤਰ੍ਹਾਂ ਸਾਰ ਸੰਗਤ ਪਿਆਰ ਵਾਲੀ ਹੈ। ਮਨੀ ਮਾਜਰੇ ਦੀ ਸੰਗਤ, ਚੰਡੀਗੜ੍ਹ ਦੀ ਸੰਗਤ, ਪਿੰਡਾਂ ਵਾਲੀ, ਪਰ ਰੋਪੜ ਜ਼ਿਲ੍ਹੇ ਦੀ ਸੰਗਤ ਪਿਆਰ ਵਾਲੀ ਹੈ। ਇਹਨਾਂ ਦੀ ਤਾਰੀਫ ਜਿੰਨੀ ਹੋ ਜਾਵੇ ਉਨੀ ਥੋੜੀ ਹੈ। ਕਾਕਾ ਕਿਰਪਾਲ ਸਿੰਘ ਹੈ, ਇਹ ਕੋਰਸ ਕਰ ਰਿਹਾ, ਓਵਰਸੀਜ਼ ਦਾ ਕੋਰਸ ਵੀ ਕਰ ਰਿਹਾ, ਪੜ੍ਹ ਵੀ ਰਿਹਾ, ਪੂਰਾ ਮਨ ਇੱਧਰ ਲਾਇਆ ਹੋਇਆ ਸੇਵਾ ਦੇ, ਸਭ ਇਹਦਾ ਸਦਕ ਹੈ। ਲਖਵੀਰ ਸਿੰਘ ਯੂਪੀ ਤੋਂ ਆਇਆ ਹੋਇਆ, ਉਹਦਾ ਸਦਕ ਹੈ, ਪੂਰਾ ਤਨ ਮਨ ਲਾ ਕੇ ਆਪਣਾ ਕੰਮ ਕਰਿਆ। ਅਗਲੇ ਜਥੇਦਾਰ ਹੁੰਦੇ ਸੀ, ਗੱਲਾਂ ਤਾਂ ਬਹੁਤ ਆ ਜਾਂਦੀਆਂ ਨੇ, ਜਥੇਦਾਰ ਉਹਨੂੰ ਬਣਾਉਂਦੇ ਸੀ ਜੋ ਸੇਵਾ ਕਰੇ, ਦੁਨੀਆਂ ਦੀ ਸੰਗਤ ਦੀ ਸੇਵਾ ਕਰੇ, ਉਹ ਜਥੇਦਾਰ ਬਣਦਾ ਸੀ। ਹੁਣ ਉਹ ਜਥੇਦਾਰ ਬਣਦਾ ਜਿਹੜੇ ਦੁਨੀਆਂ ਦੇ ਉੱਤੇ ਆਪਣੇ ਪੈਰ ਧੋਣ ਲੱਗ ਜਾਂਦਾ, ਆਪ ਨੂੰ ਵੋਟਾਂ ਪਵਾਉਣ ਲੱਗ ਜਾਂਦਾ, ਆਪਣੀ ਸੇਵਾ ਕਰਾਉਣ ਲੱਗ ਜਾਂਦਾ। ਪਤਾ ਨੀ ਕੀ ਜਥੇਦਾਰ ਬਣੇ ਫਿਰਦੇ ਨੇ, ਅਸੀਂ ਤਾਂ ਉਹਨਾਂ ਨੂੰ ਕਹਿ ਕੀ ਸਕਦੇ ਹਾਂ, ਉਹਨਾਂ ਨੂੰ ਵਾਹਿਗੁਰੂ ਬਖਸ਼ੇ, ਇੱਧਰ ਆਪੇ ਲਾਇਆ ਵੀ, ਇਹਦੀ ਕੁਦਰਤ ਹੈ ਮਾਲਕ ਦੀ, ਜੋ ਰੌਲਾ ਰੱਪਾ ਨੀ ਪੈਂਦਾ ਉਹ ਵੀ ਇਹ ਮਾਲਕ ਦਾ ਹੀ ਸਦਕਾ ਹੈ, ਸਾਡਾ ਤਾਂ ਇਹਦੇ ਵਿੱਚ ਕੁਛ ਨੀ ਹੈ। ਜੋ ਝਗੜੇ ਪਵਾਉਂਦਾ ਤਾਂ ਵੀ ਉਹੀ ਪਵਾਉਂਦਾ, ਸਵਾਹ ਕਰਾਉਂਦਾ ਤਾਂ ਵੀ ਉਹੀ ਕਰਾਉਂਦਾ, ਇਹ ਟਾਈਮ ਹੁੰਦਾ ਕਦੇ ਉੱਤੇ ਕਦੇ ਠਾਂ, ਇਸ ਤਰ੍ਹਾਂ ਹੁੰਦਾ ਹੀ ਆਇਆ। ਇਹਨਾਂ ਗੱਲਾਂ 'ਚ ਤਾਂ ਪੈਣਾ ਨੀ ਆਪਾਂ ਨੇ, ਆਪਾਂ ਨੇ ਤਾਂ ਨਾਮ ਜਪਣਾ, ਵਾਹਿਗੁਰੂ ਦੀ ਵਡਿਆਈ ਕਰਨੀ ਹੈ। ਸਾਡਾ ਪ੍ਰੀਤਮ ਸਾਡੇ ਤੇ ਸਭ ਕੁਛ ਵਾਰ ਗਿਆ, ਉਸ ਲੁਕੋ ਕੇ ਨੀ ਛੱਡਿਆ, ਉਹਨਾਂ ਨੇ ਬੱਚੇ ਵੀ ਵਾਰ ਗਏ ਨੇ, ਮਾਤਾਵਾਂ ਵੀ, ਕਿਸੇ ਨੂੰ ਪੁੱਛਿਆ ਨੀ ਹੈ। ਇਸ ਹਿੰਦੁਸਤਾਨ ਦੇ ਖਾਤਰ, ਇਸ ਧਰਮ ਦੇ ਵਾਸਤੇ ਅਸੀਂ ਤਾਂ ਉਸੇ ਨੂੰ ਅਪਣਾਉਣਾ, ਉਹਦੀ ਉਹ ਸੇਵਾ ਕਰਨੀ ਹੈ, ਜਿਸ ਤਰ੍ਹਾਂ ਸਾਨੂੰ ਉਹ ਕਹਿ ਗਏ ਨੇ ਉਹੀ ਗੱਲ ਕਰਨੀ ਹੈ ਅਸੀਂ, ਉਹੀ ਬਚਨ ਮੰਨਣਾ। ਮਾਨਸ ਕੀ ਜਾਤ ਸਭ ਏਕ ਹੈ ਪਹਿਚਾਣ, ਉਹ ਅਸੀਂ ਸਭ ਨੂੰ ਇੱਕੋ ਹੀ ਸਮਝਣ, ਕੋਈ ਹੋਈ ਜਾਤ ਕੋਈ ਪਾਤ, ਕੋਈ ਜਾਤ ਪਾਤ ਨੀ ਉਸਦੇ ਘਰ, ਅੱਬਰ ਐਲੋ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਾ ਉਪਜਾ, ਕੌਣ ਭਲੇ ਕੌਣ ਮੰਦੇ। ਔਰ ਭਾਈ ਤੁਸੀਂ ਆਪਣਾ ਪ੍ਰਸ਼ਾਦ ਲਵੋ, ਪ੍ਰਸ਼ਾਦ ਬਣ ਦੇਣਾ, ਅਸੀਂ ਵਾਹਿਗੁਰੂ ਜੀ ਕਾ ਖਾਲਸਾ। Oh!